आकाशवाणी जम्मू श्रुति प्रधानमंत्री नरेंद्र मोदी हो पुलिस के कमकिया हेठली सतह पर चुस्त दुरुस्त बनाने मते अख्तियारे पुलिस टेक्नोलॉजी मिशन की स्थापना केंद्रीय खजाना मंत्री निर्मला सीतारमण और अज जम्मू कश्मीर के दो दिन दौरे पर लेफ्टिनेंट गवर्नर मनोज सिन्हा होनेकार पास लगे ऐतिहासिक फैसले लोकें सशक्त बनांदे हुए जम्मू कश्मीर खुशहाली की बत्ता पर अगड़ा बदाते हैं उन्हें लोग अपील कीौले कोविड शा, शा बचाव टीके तेरे लियी जिला प्रशासन ने जिले कोविड के मामले बा दे दे मद्देनजर मते जोखिम वाले वर्ग की कोविड तेजी आनने ह्क्म दे भारत ने कोविड उन्नी सवा बचाव सौ करोड़ टीके लाने दी महत्वपूर्ण पड़ा पार है ते आकाशवाणी इस कम मुमकिन बनाने सबने डॉक्टर नर्स तरने नमन करता है एद्हे अस अपने श्रोताए की सौगा करने कोविड खिलाफ लड़ाई अजें मुक्की नहीं अस ओकड़े श्रोताएं जिन्हे अजे पूरी चाली टीके नहीं लोन अपील करने तौले शा तौले टीका लें, ते टीका लोने से दुए दी मदद भी करन मेहरबानी कर इनें सखाले उपाए दी पालमा करते रवो मुंह पर मास्क लाओ समाजी छिंदे गिते दो गज की दूरी रखो ते हत्थ ते मुंह गी साफ सुथरा रखने पर मुख करी ध्यान दे ਕੋਵਿਡ ਬਾਰੇ ਕੋਈ ਵੀ ਜਾਣਕਾਰੀ ਤੇ ਮਾਰਗਦਰਸ਼ਨ ਲਈ ਤੁਸੀਂ ਰਾਸ਼ਟਰੀ ਹੈਲਪਲਾਈਨ ਨੰਬਰੇ 'ਤੇ ਸੰਪਰਕ ਕਰ ਸਕਦੇ ਹੋ ਨੰਬਰ 10129378046 ਤੇ ਦੂਆ ਨੰਬਰ ਹੈ 1075 ਖਬਰਾਂ ਦੀ ਤਫਸੀਲ ਕਰਨੇ ਵਿਜੇ ਬਜਾਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੀ ਭਲਿਆਂ ਖਲਕੇ ਸਤਰਾ ਪਰ ਪੁਲਸ ਬਵਸਥਾ ਦੀਆਂ ਜ਼ਰੂਰਤਾਂ ਕੀ ਪੂਰਾ ਕਰਨੇ ਆਸਤੇ ਪਵਿੱਖ ਦੀਆਂ ਟੈਕਨੀਕਲ ਵਿਧੀਆਂ ਕੀ ਅਪਣਾਏ ਜਾਣੇ ਤੇ ਇੱਕ ਦੂਏ ਵਿਚਕਾਰ ਅਮਲ ਚ ਆਂਦੀ ਜਾਈ ਸਕਣੀ ਵਾਲੀ ਨਈਆਂ ਟੈਕਨੀਕਲ ਵਿਧੀਆਂ ਦਾ ਵਿਕਾਸ ਕੀਤੇ ਜਾਣੇ ਲਈ ਆਖਿਆ ਹੈ ਜਿੰਦੇ ਰਾਹੀਂ ਮੁਲਕ ਭਰ ਵਿੱਚ ਪੁਲਸ ਬਲਿੰਗ ਦੀ ਫਾਇਦਾ ਹੋਗਾ ਪ੍ਰਧਾਨ ਮੰਤਰੀ ਹੋਰ ਲਖਨਊ ਚ ਪੁਲਸਾ ਦੇ ਮਹਾਨਿਰਦੇਸ਼ਕਾਂ ਤੇ ਮਹਾਨਿਰਿਕਸ਼ਕਾਂ ਦੇ 56ਵੇਂ ਸੰਮੇਲਨ ਦੇ ਸਮਾਪਨ ਇਜਲਾਸ ਹੈ ਕੀ ਸੰਬੋਧਿਤ ਕਰਾ ਕਰਦੇ ਹੈ ਲਖਨਊ ਚ ਇਸ ਕਾਨਫਰੰਸ ਚ ਰਾਜਾਂ ਤੇ ਕੇਂਦਰੀ ਰਾਜ ਪ੍ਰਬੰਧਨ ਵਾਲੇ ਇਲਾਕਿਆਂ ਦੇ 62 ਪੁਲਿਸ ਮਹਾਨਿਦੇਸ਼ਕ ਤੇ ਮਹਾਨਿਰੀਖਕ ਸ਼ਾਮਲ ਹੋਏ ਤੇ ਕੰਨੇ ਕੇਂਦਰੀ ਥਿਆਰਬੰਦ ਬਲੇ ਤੇ ਕੇਂਦਰੀ ਪੁਲਿਸ ਸੰਗਠਨ ਦੇ ਮਹਾਨਿਦੇਸ਼ਕਾਂ ਵੀ ਇਹਦੇ ਚ ਹਿੱਸਾ ਲੈਤਾ ਮੁਲਕ ਪਰਥਮਾ ਖੂਫੀਆ ਬਿਊਰੋ ਦੇ ਦਫ਼ਤਰਾਂ ਥਮਾ ਵੀਡੀਓ ਕਾਨਫਰੰਸ ਰਾਹੀਂ ਬਕ ਬਕ ਰੈਂਕਿੰਗ ਦੇ 400 ਕੋਲਾ ਮਤੇ ਅਫਸਰ ਦੇ ਚ ਸ਼ਾਮਲ ਹੋਏ ਪ੍ਰਧਾਨ ਮੰਤਰੀ ਹੋਰੇ ਖੂਫੀਆ ਬਿਊਰੋ ਦੇ ਅਮਲੇਗੀ ਟਕੋਦੀ ਸੇਵਾ ਦੇਣੇ ਕੀਤਾ ਰਾਸ਼ਟਰਪਤੀ ਹੁੰਦੇ ਪੁਲਿਸ ਮੈਡਲੇ ਕਰਨੇ ਸਨਮਾਨਿਤ ਕੀਤਾ ਕੇਂਦਰੀ ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਅੱਜਾਤਮਾ ਜੰਮੂ ਕਸ਼ਮੀਰ ਦੇ ਦੌਂ ਦਿਨੇ ਦੇ ਦੌਰੇ ਪਰ ਆਵਰਤੀਆਂ ਇਸ ਬਾਰੇ ਥੋਈ ਦੀ ਜਾਣਕਾਰੀ ਮੁਤਾਬਕ ਅਰਜੁਨਦਾ ਸ਼ਟਨਗਰ ਆਉਣੇ ਦਾ ਕਾਰਜਕ੍ਰਮ ਹੈ ਜਿੱਥੇ ਉਹ ਸ਼ਟਨਗਰ ਤੇ ਐਸਕੇਆਈਸੀਸੀ ਵਾਲੇ ਸਭਾਗਾਰ ਚ ਜੰਮੂ ਕਸ਼ਮੀਰ ਦੀਆਂ ਮਹਿਲਾ ਉਦਮੀਆਂ ਕੰਨੇ ਗੱਲਬਾਤ ਕਰਨਗਨ ਇਸ ਦੌਰਾਨ ਮੀਤ ਜੇ ਜੰਮੂ ਕਸ਼ਮੀਰ ਚ ਮਹਿਲਾ ਉਦਮ ਕੀ ਬੜਾਵਾ ਦੇਣੇ ਆਸਤੇ ਸਰਕਾਰ ਪਾਸੇ ਕੀਤੀ ਜਾ ਕਰਦੀ ਕੰਮੇ ਕਾਰਵਾਈਆਂ ਬਾਰੇ ਜਾਗਰੂਕ ਕੀਤਾ ਜਾਗ जम्मू कश्मीर थमा दफा 370 तय जानी मगर केंद्रीय खजाना मंत्री द तौर पर निर्मला सीतारमणंदा केंद्र शासित प्रदेश जम्मू कश्मीर दा ए पहला पहला दौर है लेफ्टिनेंट गवर्नर मनोज सिन्हा ओरियां कहिया जी अस जयकिश भी कायम करा करने आ उदे राएं असेंगी आत्मसम्मान ते खुशहाली कने अप्रोचे दे एक समाज ले पुख्ता बुनियाद रखनी लोड़ दी है ਇਸ ਦਿਸ਼ਾ 'ਚ ਕੰਮ ਕਰਦੀ ਹੋਈ ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਸਰਕਾਰ ਨੇ ਪਿਛਲੇ 16 ਮਹੀਨੇ ਅੰਦਰ ਇੱਕ ਨਵੀਂ ਪਾਰਦਰਸ਼ੀ ਜਵਾਬਦੇਹ ਤੇ ਆਮ ਲੋਕਾਂ ਪਰ ਕੇਂਦਰਿਤ ਸ਼ਾਸਨ ਵਿਵਸਥਾ ਸਥਾਪਿਤ ਕਰਨ ਦੀ ਕਿਆ ਕੋਸ਼ਿਸ਼ ਕੀਤੀ ਹੈ आकाशवाणी ਦੇ ਰਾਏ ਕੱਲ ਆਪਣੇ ਆਵਾਮ ਕੀ ਆਵਾਜ਼ ਕਾਰਜਕ੍ਰਮ ਦੌਰਾਨ ਲੋਕਾਂ ਕੀ ਸੰਬੋਧਿਤ ਕਰਦੀ ਹੋਈ ਸ਼੍ਰੀ ਸਿਨਹਾ ਹੋਰੀ ਆਖਿਆ ਜੇ ਆਮ ਲੋਕਾਂ ਦੇ ਸਸ਼ਕਤੀਕਰਨ ਵਾਸਤੇ ਸਰਕਾਰ ਨੇ ਬੜੀ ਸਕਰੀਤਾ ਕਰਨੇ ਗਈ ਪੁੱਟੀਆਂ ਨੇ ਆਪਣੇ ਕਾਰਜਕ੍ਰਮ ਦੌਰਾਨ ਲੈਫਟੇਨੈਂਟ ਗਵਰਨਰੋ ਨੇ ਲੋਕਾਂ ਕੀ ਅਪੀਲ ਕੀਤੀ ਜਿਉ ਇੱਕ ਨਵੇਂ ਖੁਸ਼ਹਾਲ ਤੇ ਆਤਮ ਨਿਰਭਰ ਜੰਮੂ ਕਸ਼ਮੀਰ ਦੇ ਨਿਰਮਾਣਾਸਤੇ ਸਾਂਝੇ ਯਤਨ ਕਰਨ ਲੈਫਟੇਨੈਂਟ ਗਵਰਨਰੋ ਨੇ ਆਮ ਲੋਕਾਂ ਦੇ ਮਹਸੂਸ ਲੋਏ ਦੇਖੇ ਸੁਝਾ ਵੀ ਇਸ ਮੌਕੇ ਸਾਂਝੇ ਕੀਤੇ ਲੈਫਟੇਨੈਂਟ ਗਵਰਨਰ ਮਨੋਤ ਸਿਨਾਉਰਿਆ ਨੇ ਕਿ ਜੇ ਜੰਮੂ ਕਸ਼ਮੀਰ ਸਰਕਾਰ ਨੇ ਲੋਕਾਂ ਦਾ ਗਰਪੂਰਜ ਬਣਾਉਣ ਲਈ ਅਭਿਆਨ ਸ਼ੁਰੂ ਕੀਤਾ ਹੈ ਜਿਦੇ ਚ ਇੱਕ ਵਿਅਕਤੀ ਇੱਕ ਗੋਲਡਨ ਕਾਰਡ ਯਾਨੀ 1 ਪਰਸਨ 1 ਗੋਲਡਨ ਕਾਰਡ ਸ਼ਾਮਲ ਹੈ ਇਸ ਅਭਿਆਨ ਤਹਿਤ ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਅਰੋਗ્ય ਯੋਜਨਾ ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਅਰੋਗ્ય ਯੋਜਨਾ ਸਿਹਤ ਬੀਮਾ ਸਕੀਮ ਤਹਿਤ ਠੁੰਜਾ ਲੱਖ 골ਡਨ ਕਾਰਡ ਵੰਡਣ ਦਾ ਲਕਸ਼ਯ ਤੈ ਕੀਤਾ ਗਿਆ ਹੈ। ਇਹਨਾਂ ਸਕੀਮੇ ਦਾ ਮਕਸਦ ਗਰੀਬ ਪਰਿਵਾਰਾਂ ਦੀ ਕਿਫਾਇਤੀ ਤੇ ਸਸਤੀ ਸਿਹਤ ਸਹੂਲਤਾਂ ਉਪਲਬਧ ਕਰਵਾਉਣਾ ਹੈ। ਇਸ ਸਚ ਲਈ ਹਰ ਘਰ ਦਸਤਕ ਅਭਿਆਨ ਵੀ ਸ਼ੁਰੂ ਕੀਤਾ ਗਿਆ ਹੈ ਤਾਂ ਜੋ ਜਿਹੜੇ ਲੋਕਾਂ ਕੀ ਅਜੇ ਤੱਕ ਕੋਵਿਡ-19 ਦਾ ਵਾਖਾਲਾ ਟੀਕਾ ਨਹੀਂ ਲੱਗਿਆ ਹੈ, ਉਹਨੇ ਕੀ ਟੀਕਾ ਲਾਇਆ ਜਾਈ ਸਕੇ। ਇਤਲਾਵਾ ਲੋਕਾਂ ਕੀ ਕੋਵਿਡ ਮੁਜਬ ਲੋੜਛਦਾ ਬਵਾਰ ਅਪਣਾਉਣ ਦੀ ਲਫਟਨੈਂਟ ਗਵਰਨਰ ਨੇ ਓਕੜੇ ਲੋਕਾਂ ਕੀ ਜਿਨੇ ਅਜਿੰਤਾ ਕਰ ਟੀਕਾ ਨਹੀਂ ਲੁਆਇਦਾ ਆਖਿਆ ਜਿਓ ਤੌਲੀਸ਼ਾ ਤੌਲੀ ਟੀਕਾ ਲੁਆਇ ਲੈਣ ਤੇ ਕੋਵਿਡ ਮਹਾਮਾਰੀ ਕੇ ਰਣ ਲਈ ਸਰਕਾਰ ਪਾਸੇ ਕੀਤੇ ਜਾ ਰਹੇ ਜਤਨੇ ਚ ਸਹਿਯੋਗ ਦੇਣ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਥਮਾ ਕੱਲ ਨੋਵਲ ਕਰੋਨਾ ਵਾਇਰਸ ਦੇ 165 ਨਵੇਂ ਮਾਮਲੇ ਸਾਹਮਣੇ ਆਏ ਇਨ ਤੇ ਚਾ 3 ਮਾਮਲੇ ਜੰਮੂ ਡਿਵੀਜ਼ਨ ਥਮਾ ਤੇ 142 ਮਾਮਲੇ ਕਸ਼ਮੀਰ ਘਾਟੀ ਦੇ ਬਖਮਾ ਕਿਸੇ ਥਮਾ ਦਰਜ ਕੀਤੇ ਗਏ ਇਨੇ ਨਵੇਂ ਮਾਮਲੇ ਦੀ ਰਲਾਈ ਹੈ ਪ੍ਰਦੇਸ਼ ਚ ਕੋਵਿਡ ਦੇ ਅਜੇ ਤੱਕ ਸਾਹਮਣੇ ਆਏ ਦੇ ਕੁੱਲ ਮਾਮਲੇ ਦੀ ਗਿਣਤੀ ਵਧੀ ਹੈ 335368 ਹੋਈ ਗਈ ਹੈ ਪਿਛਲੇ 24 ਘੰਟੇ ਦੌਰਾਨ ਜੰਮੂ ਕਸ਼ਮੀਰ ਚ ਕੋਵਿਡ ਥਮਾ ਬਚਾਅ ਲਈ 39887 ਟੀਕੇ ਲਾਏ ਗਏ ਨੇ ਇਹਨੇ ਕਿ ਮਲਾਈਏ ਪ੍ਰਦੇਸ਼ ਚ ਅਜਿੰਦਕਰ ਕੋਵਿਡ ਚਾ ਬਚਾ ਲੇ 1 ਕਰੋੜ 61 ਲੱਖ 76 ਹਜ਼ਾਰ 55 ਟੀਕੇ ਅਜਿੰਦਕਰ ਲਾਈ ਦਿੱਤੇ ਕੇ ਦਿਨ ਇਹ ਖਬਰਾਂ ਤੁਸ ਆਕਾਸ਼ਵਾਣੀ ਜੰਮੂ ਥਵਾ ਸੁਣਾ ਰਹੇ ਹੋ ਆਜ਼ਾਦੀ ਦਾ ਅੰਮ੍ਰਿਤ ਮਹੋਤਸਵ आकाशवाणी जम्मू का क्षेत्रीय समाचार एकांश जम्मू यूनिवर्सिटी के डिपार्टमेंट ऑफ स्टूडेंट्स वेलफेयर के सहयोग ने पेश करता है आज़ादी का अमृत महोत्सव क्विज इंडिया एट से फाइव सवाल है महात्मा गांधी हो सें राष्ट्रपिता कुन्ने आख्या हा जवाब तो तुस ईमेल एड्रेस इंडिया भेज सकते हो सही जवाब भेजने वाले श्रोताएं चा त्रोंतू तालिया जाग जिंद नाए की घोषणा सल इसे बुलेटिन की जा आजादी का अमृत महोत्सव उन बाकी दें खबरें श्रुति खजूरिया कोविड के बदते मामले की देखते हुए रस जिला प्रशासन ने नमूने की जांच और व्यापक तेज करने का फैसला उन्हें खास तौर पर जांच की जाग जिंद सं संक्रमण की होने का मता खदशा है जिया दुकानदार होटल दो लोग रियी के डिप्टी कमीशनर सिंह और, और आंस जिले के बख बख इलाकें कोविड दे बदे मामलों को दिखते हु पुट्टी गई है सेहत महकमे आए जारे बिचा बिचा लोकों दे नमूने की जांच कर यूनिवर्सिटी होटल थारे या दुईय थ आने आवा दी हालिया यात्रा बारे पुछने गया है उविड उन्नीति की निगेटिव रिपोर्ट दसने मगर होने दी खुले देने गलाया गया है ਸੇਨਾ ਆਸਿਆ ਸੁੰਦਰਬਨੀ ਤਹਿਸੀਲ ਦੇ ਡਾਗਰ ਗ੍ਰਾਮ ਦੇ ਸਾਬਕਾ ਫੌਜੀਆਂ ਸਰਪੰਚ ਤੇ ਬਕਰਵਾਲੇ ਕਨੇ ਗੱਲਬਾਤ ਵਾਲੇ ਕਾਰਜਕ੍ਰਮ ਦਾ ਆਯੋਜਨ ਕੀਤਾ ਗਿਆ ਸੇਨਾ ਨੇ ਮੈਡੀਕਲ ਸੇਵਾਵਾਂ ਸੁਰੱਖਿਆ ਤੇ ਉਰਦੂਆਂ ਸਮੱਸਿਆਵਾਂ ਜਿਹੜੀਆਂ ਉੱਥੋਂ ਦੇ ਲੋਕਾਂ ਦੀ ਪੇਸ਼ ਆਵਰਦੀਆਂ ਬਾਰੇ ਪੁੱਛਿਆ ਪਛਾਇਆ ਇਸ ਦੌਰਾਨ ਸੇਨਾ ਦੀ ਮੈਡੀਕਲ ਟੀਮ ਨੇ ਬੁਨਿਆਦੀ ਸਿਹਤ ਸੰਬੰਧੀ ਇਲਾਜ ਤੇ ਦਵਾਈਆਂ ਵੀ ਵੰਡੀਆਂ ਇਸ ਕਾਰਜਕ੍ਰਮ ਚ 12 ਸਾਬਕਾ ਫੌਜੀਆਂ 8 ਸਰਪੰਚ ਤੇ 11 ਬਕਰਵਾਲੇ ਸਲੇਆ કુમાર અજવેની ઓરે કાટીમ બરંદી ઉમરી જો જમ્મુ થમ કન્યાકુમારી તગત 4443 કિલોમીટર દોડને દી શુરૂઆત કીતી હે દોડ દે વ્યંગ સેની કે લિયે ફંડ કીઠા કરને تے જાગરૂકતા પેદા કરને લિયે ઓ ઉને ઇસ પેન્ડેગી સતત દિન ઇચ પૂરા કરને તા લક્ષ્ય કીતા હે ઓ ઇયા કરીય વિશ્વ રેકોર્ડ સ્થાપિત કરગા રાજ્ય सैनिक बोर्ड के निदेशक हो कुमार अजवनी हो जतन की सराहना की अजवनी राज्य सैनिक बोर्ड के निदेशक ब्रिगेडियर गुरमीत सिंह हो साबका फौजियों की मौजूदगी बड़ल सा बजे झंडी दसिए रवाना कि राजौरी जिले के मथुआर ब्ला के केरी ग्रांच च सेना आसाया दंगल का आयोजन किया गया ए अड़ताली खारिय हिस्सा लिया ए प्रतियोगिता छ्रेणियों तहत करवाई गई बरे बरें घाटी युवाएं युवाए आयोजित इस प्रतियोगिता का विषय हा युवाओं की सैनिक बदलना इसका मकसद है युवाएं की मौका देना उनें की मुल्क की सशस्त्र सेना च भर्थी पर होने परामर्श उपलब्ध करवाना इस दौरान कोविड उन्नीस नशीले पदार्थें साइबर वॉरफेयर बारे एक लैक्चर का आयोजन भी किया गया खुराक नागरिक आपूर्ति से उपभोक्ता मामले सबंधी महकमा डोडा ने जिले के सारे एनएफएसए से एनएफएसए लाभार्थियों के राशन कार्डी आधार करने जोड़ने का सौ फीसद कम पूरा कर करीता है एन डोडा केन्द्र शासित प्रदेश के उ जिलों में शामिल हो गया है जो उपलब्धि हासिल खुराक नागरिक आपूर्ति तो उपभोक्ता मामले मुताबिक आधार की राशन कार्ड जोड़ना लाजमी है तंज झूठे फर्जी राशन कार्ड धारकें न हटाए जान प्रोग्राम के लाह सीदे लाभार्थी तक पुजना यकीनी बनी जम्मू च अौसम आमतौर पर साफ रोग इ जे घो तापमान नौ डिग्री सैल्सियस रिकॉर्ड किया गया जल्ले कि अज दिन का बद्दोबद्व तापमान करीबन पंजी डिग्री तक तगर रेई है तो श्रीनगर के लेह ची मौसम साफ रोहग या गिलगित ते मुजफ्फराबाद च भी मौसम साफ रोग उ तापमान मनफी चार डिग्री ते तठारह डिग्री सेल्सियस दरमियान रही जाता है ਦੇ ਹੁਣ ਕੀਰੇ ਚ ਖਾਸ ਖਾਸ ਖਬਰਾਂ ਇੱਕ ਬੜੀ ਪਰਤੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋ ਰੇ ਇਮਪल्स ਦੇ ਕੰਮ ਕਾਂਜ ਦੀ ਭਲੀਆਂ ਏਟਲੀ ਸਤਹ ਪਰ ਚੁਸਤ ਦਰਸਤ ਬਣਾਉਣ ਯਾਸਤੇ ਮਤੇ ਇਖਤਿਆਰੀਆਂ ਲਈ ਪੁਲਿਸ ਟੈਕਨੋਲੋਜੀ ਮਿਸ਼ਨ ਦੀ ਸਥਾਪਨਾ ਲਈ ਆਖਿਆ ਹੈ ਕੇਂਦਰੀ ਖਜ਼ਾਨ ਮੰਤਰੀ ਨਿਰਮਲਾ ਸੀ타 ਰਮਨੂ ਰੱਜਤਮ ਜੰਮੂ ਕਸ਼ਮੀਰ ਦੇ ਦੋ ਦਿਨ ਦੇ ਦੌਰੇ ਪ੍ਰਭਾਵ ਕਰਦੀਆਂ ਲੇਫਟਨੈਂਟ ਗਵਰਨਰ ਮਨੋਤ ਸਿਨਾਉਰੀਆ ਆਕਿਆ ਜਿਸ ਸਰਕਾਰ ਪਾਸਿਆ ਲੈਤੇ ਕਿਤੇ ਇਤਿਹਾਸਿਕ ਫੈਸਲੇ ਲੋਕਿੰਗ ਕੀ ਸਸ਼ਕਤ ਬਣਾਉਂਦੇ ਹੋਏ ਜੰਮੂ ਕਸ਼ਮੀਰ ਦੀ ਖੁਸ਼ਹਾਲੀ ਦੀ ਬੱਤ ਪਰਗੜਾ ਬਦਾ ਕਰ ਦੇਣ ਉਹਨੇ ਲੋਕਿੰਗ ਦੀ ਅਪੀਲ ਕੀਤੀ ਹੈ ਜੀਓ ਤੌਲੇ ਸ਼ਾ ਤੌਲੇ ਕੋਵਿਡ ਛਾ ਬਚਾ ਲੈ ਟੀਕੇ ਲਵਾਈ ਲੈਣ ਤੇ ਰਿਆਸੀ ਜ਼ਿਲ੍ਹਾ ਪ੍ਰਸ਼ਾਸਨ ਨੇ ਜ਼ਿਲ੍ਹੇ ਚ ਕੋਵਿਡ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਮਤੇ ਜੋਖੀ ਵਾਲੇ ਵਰਗਾਂ ਦੀ ਕੋਵਿਡ ਜਾਂਚ ਚ ਤੇਜ਼ੀ ਆਨਣ ਦੇ ਹੁਕਮ ਦਿੱਤੇ ਨਾ ਇਹਦੇ ਕੰਨਿਆ ਗਿਆ ਖਬਰਿੰਦਾ ਇਹ ਬੁਲੇਟਿਨ ਸਮਾਪਤ ਹੋਆ